ਨੈਸ਼ਨਲ ਹਾਈਵੇ ਤੇ ਵਾਪਰਿਆ ਦਰਦਨਾਕ ਸੜਕ ਹਾਦਸਾ। ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ। ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੇ ਓਡੇ ਚਿੱਥੜੇ। ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਕਸਬਾ ਜੰਡਿਆਲਾ ਗੁਰੂ ਨੇੜੇ ਇੱਕ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ। ਉਕਤ ਸੜਕ ਹਾਦਸੇ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਮੋਟਰਸਾਈਕਲ ਚਾਲਕ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਵਿਅਕਤੀ ਨੂੰ ਬੇਹੱਦ ਨਾਜ਼ੁਕ ਹਾਲਤ ਦੇ ਵਿੱਚ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦੇ ਹੋਏ ਵਾਪਰੇ ਹਾਦਸੇ ਦੌਰਾਨ ਬਾਈਕ ਸਵਾਰ ਦੀ ਮੌਤ ਹੋ ਗਈ, ਜਿਸ ਵਿੱਚ ਸ਼ਮਸ਼ੇਰ ਸਿੰਘ ਵਾਸੀ ਸਿੱਧਵਾਂ ਜ਼ਿਲ੍ਹਾ ਤਰਨ ਤਾਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਨੂੰ ਬੇਹੱਦ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੌਕੇ ਉੱਤੇ ਪੁੱਜ ਕੇ ਟਰੈਕਟਰ ਟਰਾਲੀ ਚਾਲਕ ਨੂੰ ਕਾਬੂ ਕਰ ਲਿਆ ਗਿਆ ਅਤੇ ਬਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਭੈਣੀ ਸਿੱਧਵਾਂ ਦੇ ਮੁੰਡੇ ਹੈਗੇ ਆ ਜੀ, ਜਿਹੜਾ ਤਰਨ ਤਾਰਨ ਸਿੱਧਵਾਂ ਭੈਣੀ ਗਾਰ ਸਿੱਧਵਾਂ, ਇਹਦਾ ਡੰਡੀ ਗਾਰਡ ਵਿੱਚ ਪਿਆ ਵਾ ਮੇਰਾ, ਮੈਂ ਹੈਂਡ ਕੀਤਾ ਦਾ ਇਹਦਾ ਮੋਟਰਸਾਈਕਲ ਤੇ ਬੈਗ ਮੇਰੇ ਕੋ ਆ, ਤੇ ਇਧਰੋਂ ਆ ਰਹੇ ਸੀ ਦੋਵੇਂ ਮੁੰਡੇ। ਇਹ ਮੋਟਰਸਾਈਕਲ ਤੇ ਆਹ ਮੋਟਰਸਾਈਕਲ ਲੱਗਾ ਜੀ ਇਹਨਾਂ ਦਾ, ਇਹ 3926 ਲੱਗਾ ਜੀ ਇਹਨਾਂ ਮੋਟਰਸਾਈਕਲ, ਤੇ ਇੱਕ ਮੁੰਡੇ ਦਾ ਜ਼ਿਆਦਾ ਹੀ ਫਟਰ ਕੰਮ ਆ, ਉਹ ਝਰੀਟਾਂ ਝੂਟਾ ਪਿਆ ਵਾ, ਤੇ ਇੰਚਾਰਜ ਸਾਹਿਬ ਨੇ ਉਹਦਾ ਬਿਆਨ ਵੈ ਕੀਤਾ ਵਾ ਕਿੱਥੋਂ ਦਾ ਕੀ ਡਰੈਸ, ਉਹਨਾਂ ਦੇ ਘਰ ਬਾਰ ਵੀ ਫੋਨ ਹੋ ਗਿਆ, ਤੇ ਇਹ ਵਿਚਾਰੇ ਦਾ ਜਿਹੜਾ ਥੱਲੜਾ ਹਿੱਸਾ ਅਲੱਗ ਹੀ ਹੋ ਗਿਆ ਜੀ ਮਹਾਰਾਜ। ਹਾਂਜੀ, ਇੰਨਾ ਜ਼ਬਰਦਸਤ ਹੋ ਗਿਆ, ਪਰ ਟਰਾਲੀ ਵਾਲਾ ਇਹਨੂੰ ਭਜਾ ਕੇ ਲੈ ਗਏ ਆ, ਕਹਿੰਦੇ ਆ ਵੀ ਟਰਾਲੀ ਵਾਲਾ ਆਪਾਂ ਘੇਰ ਲਿਆ ਵਾ, ਟਰਾਲੀ ਨਾਲ ਥੱਲੇ ਟਰਾਲੀ ਦੇ ਆ ਗਿਆ। ਕਸੂਰ ਤੇ ਜਿਸ ਹਿਸਾਬ ਨਾਲ ਇਹ ਤੇ ਆਪਣੀ ਗੱਡੀ ਇਸ ਹਿਸਾਬ ਨਾਲ ਆ ਰਹੇ ਆ, ਕਸੂਰ ਤੇ ਗੱਡੀ ਵੱਡੀ ਦਾ ਹੀ ਨਿਕਲਣਾ, ਜੇ ਓਵਰਟੇਕ ਕਰ ਲਈਏ ਇਧਰੋਂ ਕੋਈ ਮੋਟਰਸਾਈਕਲ ਤੇ ਚੜ੍ਹ ਨਹੀਂ ਸਕਦਾ, ਜਾਂ ਹੋਏ ਨਾ ਵੀ ਇਹਦੇ ਵਿੱਚੋਂ ਬੈਰੀ ਵਾਲਾ ਹੈਗਾ ਵੀ ਮੋਟਰਸਾਈਕਲ ਇਹਨੂੰ ਕੱਢ ਲਾ, ਮੋਟਰਸਾਈਕਲ ਇਧਰ ਨਿਕਲ ਨਹੀਂ ਸਕਦਾ, ਇਹ ਇਧਰੋਂ ਹੀ ਆ ਰਹੇ ਆ, ਤੇ ਜਦੋਂ ਟਰਾਲੀ ਨੇ ਮਾਰਿਆ ਵਾ ਤੇ ਮੌਕੇ ਦਾ ਕੰਮ ਕਰਤਾ, ਇਹ ਕੋਈ ਪਾਸਪੋਰਟ ਲਾਉਣ ਚੱਲੇ ਆ, ਦੂਸਰਾ ਮੁੰਡਾ ਮਨ ਵਾਲੇ ਪਹੁੰਚ ਗਿਆ ਵਾ, ਉਹਦੇ ਯਾਦੀਆਂ ਸੱਟਾਂ ਲੱਗੀਆਂ ਸੀ ਤੇ ਐਂਬੂਲੈਂਸ ਵਾਲੇ ਨੇ ਕਿਹਾ ਵੀ ਪਹਿਲਾਂ ਭਾਈ ਇਹਨੂੰ ਲੈ ਜਾ, ਮੁੜ ਕੇ ਨਾ ਆਏ ਵੀ ਇੱਕ ਦਾ ਕੰਮ ਹੋ ਗਿਆ, ਦੂਜਾ ਘਬਰਾਇਆ ਫਿਰਦਾ ਸੀ ਕਿਤੇ ਘਬਰਾਏ ਘਬਰਾਏ ਜੇ ਕੰਮ ਨਾ ਹੋ ਜਾਵੇ ਉਹਨਾਂ ਦਾ। ਸ਼ੇਰ ਸਿੰਘ ਨਾਂ ਦਾ ਲੜਕਾ ਜੀ ਅੰਮ੍ਰਿਤਸਰ ਵੱਲੋਂ ਲੰਡਨ ਨੂੰ ਜਾ ਰਿਹਾ ਸੀ ਤੇ ਟਰਾਲੀ ਓਵਰਟੇਕ ਕਰਨ ਲੱਗਿਆ, ਟਰਾਲੀ 'ਚ ਵੱਜ ਗਿਆ ਜੀ, ਇਹਦੀ ਮੌਕੇ 'ਤੇ ਮੌਤ ਹੋ ਗਈ ਹੈ। ਜਿਹੜਾ ਦੂਜਾ ਮੁੰਡਾ ਉਹਨੂੰ ਫਸਟ ਏਡ ਵਾਸਤੇ ਮਾਨਾ ਹੋਸਪਿਟਲ ਜਿਹੜਾ ਆ ਉੱਥੇ ਦਾਖਲ ਕਰਵਾਇਆ ਜੀ। ਟਰੈਕਟਰ ਟਰਾਲੀ ਵਾਲਾ ਜਿਹੜਾ ਆ ਉਹ ਪੁਲਿਸ ਨੇ ਕੋਸ਼ਿਸ਼ ਕਰਕੇ ਉਹਨੂੰ ਫੜ ਲਿਆ ਜੀ, ਠੀਕ ਹੈ ਜੀ, ਇਹਦੇ 'ਤੇ ਉਹਦੇ 'ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਊਗੀ। ਟਰੈਕਟਰ ਟਰਾਲੀ ਵਾਲਾ ਜੀ, ਬਿਲਕੁਲ ਜੀ ਬਿਲਕੁਲ, ਇਹਦੀ ਪਛਾਣ ਹੋਈ ਸ਼ਮਸ਼ੇਰ ਸਿੰਘ ਵਾਸੀ ਸਿੱਧਵਾਂ ਬੇਟ ਤਰਨ ਤਾਰਨ, ਉਹ ਮਾਨਾ ਵਾਲੇ ਹੋਸਪਿਟਲ ਉਹਨੂੰ ਫਸਟ ਏਡ ਵਾਸਤੇ ਭੇਜਿਆ ਜੀ, ਉਹਦੀ ਵੀ ਥੋੜ੍ਹੀ ਜਿਹੀ ਮੱਥੇ 'ਤੇ ਉਹਨੂੰ ਸੱਟ ਲੱਗੀ, ਨਹੀਂ ਠੀਕ ਹੈ ਜੀ, ਨੋਰਮਲ ਆ, ਅਸੀਂ ਮੁਕੱਦਮਾ ਦਰਜ ਕਰਾਂਗੇ ਜੀ, ਇਹਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ। ਬਾਬਾ ਬਕਾਲਾ ਸਾਹਿਬ ਤੋਂ ਬਲਰਾਜ ਸਿੰਘ ਦੀ ਰਿਪੋਰਟ।